ਸੰਸ਼ੋਧਨ ਕਰਤਾ ਮਤਲਬ ਜਿਹੜੀ ਆਪ ਮੁਹਾਰੇ ਸੰਗਤ ਆਈ ਹੈ, ਅਸੀਂ ਕਿਸੇ ਨੂੰ ਕੋਈ ਸਾਧਨ ਨਹੀਂ ਦਿੱਤਾ। ਇਹ ਸਾਰੀ ਸੰਗਤ ਆਪ ਮੁਹਾਰੇ ਆਈ ਹੈ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਗੁਰਦੀਪ ਸਿੰਘ ਖੇੜਾ ਹੋਣਾ ਵੱਲੋਂ ਅਕਾਲੀ ਦਲ ਦੀ ਸਟੇਜ ਤੋਂ ਗੱਲਬਾਤ ਕੀਤੀ ਗਈ। ਕਹਿੰਦੇ ਉਸ ਦੀ ਬੰਦੀ ਸੀਗਾ, ਕਿਸੇ ਵਿਅਕਤੀ ਨੂੰ ਛਡਵਾਉਣ ਦੇ ਲਈ ਉਹ ਬੰਦੀ ਨਹੀਂ ਹੋਏ, ਲੇਕਿਨ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ। ਕਿਸ ਤਰ੍ਹਾਂ ਦੇਖਦੇ ਗੁਰਦੀਪ ਸਿੰਘ? ਕਹਿੰਦੇ ਕੀ ਕਿਹਾ? ਕਹਿੰਦੇ ਉਹ ਅਸਲੀ ਬੰਦੀ ਸਿੰਘ ਹੈ, ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ, ਕਿਸੇ ਬੰਦੇ ਨੂੰ ਛਡਾਉਣ ਦੇ ਲਈ ਉਹ ਜੇਲ੍ਹ ਨਹੀਂ ਗਏ। ਕੌਣ? ਗੁਰਦੀਪ ਸਿੰਘ ਖੇੜਾ ਨੇ ਕਿਹਾ। ਕਿਹਦੇ ਬਾਰੇ? ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਤਾਂ ਦੇ ਬੱਚਿਆਂ ਦਾ ਨਹੀਂ, ਬੰਦੀ ਸਿੰਘ ਹੀ ਹੈ ਉਹ ਵੀ ਤਾਂ ਬਿਨਾਂ ਕਿਸੇ ਗੱਲ ਤੋਂ ਅੰਦਰ ਕੀਤਾ। ਤੁਸੀਂ, ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ, ਕੋਈ ਬੰਦੂਕ, ਕੋਈ ਗੋਲੀ, ਕੋਈ ਐਮੀਨੇਸ਼ਨ, ਕੋਈ ਉਹਦੇ ਫੋਨ ਚੋਂ ਕਿਸੇ ਐਸੇ ਕੰਟਰੀ ਨਾਲ ਲਿੰਕ, ਕੁਛ ਤਾਂ ਦੱਸੋ ਬਈ ਉਹਦੇ ਕੋਲੋਂ ਕੀ ਬਰਾਮਦ ਹੋਇਆ। ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ, ਸਰਕਾਰ ਚਾਹੁੰਦੀ ਹੈ ਪੰਜਾਬ ਦੀ ਜਵਾਨੀ ਖਤਮ ਕਰਨੀ ਨਸ਼ੇ ਨਾਲ, ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ, ਨਸ਼ੇ ਚੜਾਉਂਦਾ ਹੈ, ਗੁਰੂ ਦੇ ਲੜ ਲਾਉਂਦਾ ਹੈ, ਅੰਮ੍ਰਿਤ ਛਕਾਉਂਦਾ ਹੈ। ਇਹੀ ਗੱਲ ਬਸ ਸਰਕਾਰ ਨੂੰ ਚੁੱਭਦੀ ਹੈ, ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਜਿਵੇਂ ਨਹੀਂ ਇੱਕ ਅੰਮ੍ਰਿਤ ਛਕਾਉਂਦਾ ਜਦੀ ਸਰਕਾਰ ਛੱਡ ਦੂਗੀ, ਗੱਲ ਵਿੱਚ ਕੁਛ ਵੀ ਨਹੀਂ ਹੈ। ਮੈਂ ਇਹ ਗੱਲ ਸਮਝੌਤੇ ਵਾਲੀ ਗੱਲ ਇਹ ਕਹਿ ਰਿਹਾ ਵੀ ਕਹਿ ਦੇਵੇ ਉਹ ਜੀ ਮੈਂ ਨਹੀਂ ਪ੍ਰਚਾਰ ਕਰਦਾ ਸਿੱਖੀ ਦਾ, ਉਦੋਂ ਹੀ ਛੱਡ ਦੂਗੀ। ਸਿਰਫ ਅੰਮ੍ਰਿਤਪਾਲ ਦੀ ਜਿਹੜੀ ਸਿੱਖੀ ਦਾ ਪ੍ਰਚਾਰ ਕਰਨਾ ਹੈ, ਨਸ਼ੇ ਛਡਾਉਣਾ, ਇਹੀ ਗੱਲ ਸਰਕਾਰ ਨੂੰ ਚੁੱਭਦੀ ਹੈ। ਤੁਹਾਡੇ ਕੈਂਪ ਭਾਗ ਦੀ ਜਿਹੜੀ ਅੰਮ੍ਰਿਤ ਸ਼ਿਕਾਇਤ ਲਾ ਰਹੀ ਹੈ ਸਰਕਾਰ, ਉਹ ਤੋਂ ਦੁਖੀ? ਬਿਲਕੁਲ ਦੁਖੀ ਹੈ ਸਰਕਾਰ। ਇਹ ਚਾਹੁੰਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਹੈ ਹੁਣ ਟੀਕਿਆਂ ਨਾਲ ਮਰਦਾ, ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਨਾ ਨੌਜਵਾਨ, ਉਹ ਹੁਣ ਟੀਕਿਆਂ ਨਾਲ ਮਰਨ, ਨਸ਼ਿਆਂ ਨਾਲ ਮਰਨ, ਸਰਕਾਰ ਇਹ ਚਾਹੁੰਦੀ ਹੈ ਬਸ। ਪੰਜਾਬ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ, ਵਿਧਾਨ ਸਭਾ ਦੀਆਂ ਕੁਝ ਹਲਕਿਆਂ 'ਚ ਕੀ? ਕੋਈ ਹਲੇ ਡੇਟ ਨਹੀਂ ਆਈ ਜੀ ਉਹਦੀ, ਜਾਂ ਡੇਟ ਆਊਗੀ ਫਿਰ ਦੇਖਾਂਗੇ, ਜਦੋਂ ਡੇਟ ਆਊਗੀ ਫਿਰ ਦੇਖਾਂਗੇ, ਜਦੋਂ ਡੇਟ ਆਊਗੀ ਉਸ ਤੋਂ ਬਾਅਦ ਦੇਖਾਂਗੇ। ਠੀਕ ਠੀਕ ਹੈ। ਸੰਸ਼ੋਧਨ ਕਰਤਾ ਮਤਲਬ ਪੈਸਾ ਸਿਆਸੀ ਸਟੇਜ ਇੱਥੇ ਕੀਤੀ ਗਈ ਹੈ, ਕੀ ਕਹਿਣਾ ਚਾਹੋਗੇ? ਕਿੱਦਾਂ ਦੇ ਕੀ ਕੀ ਅੱਗੋਂ ਦੀ ਰੂਪਰੇਖਾ ਤਿਆਰ ਕੀਤੀ ਹੈ? ਬਹੁਤ ਪਹਿਲੀ ਗੱਲ ਤਾਂ ਅਸੀਂ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਹੜੀ ਆਪ ਮੁਹਾਰੇ ਸੰਗਤ ਆਈ ਹੈ, ਅਸੀਂ ਕਿਸੇ ਨੂੰ ਕੋਈ ਸਾਧਨ ਨਹੀਂ ਦਿੱਤਾ। ਇਹ ਸਾਰੀ ਸੰਗਤ ਆਪ ਮੁਹਾਰੇ ਆਈ ਹੈ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਗੁਰਦੀਪ ਸਿੰਘ ਖੇੜਾ ਹੋਣਾ ਵੱਲੋਂ ਅਕਾਲੀ ਦਲ ਦੀ ਸਟੇਜ ਤੋਂ ਗੱਲਬਾਤ ਕੀਤੀ ਗਈ। ਕਹਿੰਦੇ ਉਸ ਦੀ ਬੰਦੀ ਸੀਗਾ, ਕਿਸੇ ਵਿਅਕਤੀ ਨੂੰ ਛਡਵਾਉਣ ਦੇ ਲਈ ਉਹ ਬੰਦੀ ਨਹੀਂ ਹੋਏ, ਲੇਕਿਨ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ। ਕਿਸ ਤਰ੍ਹਾਂ ਦੇਖਦੇ ਗੁਰਦੀਪ ਸਿੰਘ? ਕਹਿੰਦੇ ਕੀ ਕਿਹਾ? ਕਹਿੰਦੇ ਉਹ ਅਸਲੀ ਬੰਦੀ ਸਿੰਘ ਹੈ, ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ, ਕਿਸੇ ਬੰਦੇ ਨੂੰ ਛਡਾਉਣ ਦੇ ਲਈ ਉਹ ਜੇਲ੍ਹ ਨਹੀਂ ਗਏ। ਕੌਣ? ਗੁਰਦੀਪ ਸਿੰਘ ਖੇੜਾ ਨੇ ਕਿਹਾ। ਕਿਹਦੇ ਬਾਰੇ? ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਤਾਂ ਦੇ ਬੱਚਿਆਂ ਦਾ। ਨਹੀਂ, ਬੰਦੀ ਸਿੰਘ ਹੀ ਹੈ ਉਹ ਵੀ ਤਾਂ ਬਿਨਾਂ ਕਿਸੇ ਗੱਲ ਤੋਂ ਅੰਦਰ ਕੀਤਾ ਹੈ। ਤੁਸੀਂ, ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ, ਕੋਈ ਬੰਦੂਕ, ਕੋਈ ਗੋਲੀ, ਕੋਈ ਐਮੀਨੇਸ਼ਨ, ਕੋਈ ਉਹਦੇ ਫੋਨ ਚੋਂ ਕਿਸੇ ਐਸੇ ਕੰਟਰੀ ਨਾਲ ਲਿੰਕ, ਕੁਛ ਤਾਂ ਦੱਸੋ ਬਈ ਉਹਦੇ ਕੋਲੋਂ ਕੀ ਬਰਾਮਦ ਹੋਇਆ। ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ,
ਸਰਕਾਰ ਚਾਹੁੰਦੀ ਹੈ ਪੰਜਾਬ ਦੀ ਜਵਾਨੀ ਖਤਮ ਕਰਨੀ ਨਸ਼ੇ ਨਾਲ, ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ, ਨਸ਼ੇ ਚੜਾਉਂਦਾ ਹੈ, ਗੁਰੂ ਦੇ ਲੜ ਲਾਉਂਦਾ ਹੈ, ਅੰਮ੍ਰਿਤ ਛਕਾਉਂਦਾ ਹੈ। ਇਹੀ ਗੱਲ ਬਸ ਸਰਕਾਰ ਨੂੰ ਚੁੱਭਦੀ ਹੈ, ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਜਿਵੇਂ ਨਹੀਂ ਆਵਾਂ ਇੱਕ ਅੰਮ੍ਰਿਤ ਛਕਾਉਂਦਾ ਜਦੇ ਸਰਕਾਰ ਛੱਡ ਦੂਗੀ, ਗੱਲ ਵਿੱਚ ਕੁਛ ਵੀ ਨਹੀਂ ਹੈ। ਮੈਂ ਇਹ ਗੱਲ ਸਮਝੌਤੇ ਵਾਲੀ ਗੱਲ ਇਹ ਕਹਿ ਰਿਹਾ ਵੀ ਕਹਿ ਦੇਵੇ ਉਹ ਜੀ ਮੈਂ ਨਹੀਂ ਪ੍ਰਚਾਰ ਕਰਦਾ ਸਿੱਖੀ ਦਾ, ਉਦੋਂ ਹੀ ਛੱਡ ਦੂਗੀ। ਸਿਰਫ ਅੰਮ੍ਰਿਤਪਾਲ ਦੀ ਜਿਹੜੀ ਸਿੱਖੀ ਦਾ ਪ੍ਰਚਾਰ ਕਰਨਾ ਹੈ, ਨਸ਼ੇ ਛਡਾਉਣਾ, ਇਹੀ ਗੱਲ ਸਰਕਾਰ ਨੂੰ ਚੁੱਭਦੀ। ਤੁਹਾਡੇ ਕਹਿਣ ਤੋਂ ਭਾਵ ਜਿਹੜੀ ਅੰਮ੍ਰਿਤ ਛਕਾਈ ਲਾ ਰਹੀ ਹੈ ਸਰਕਾਰ, ਉਹ ਤੋਂ ਦੁਖੀ? ਬਿਲਕੁਲ ਦੁਖੀ ਹੈ ਸਰਕਾਰ। ਇਹ ਚਾਹੁੰਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਹੈ ਹੁਣ ਟੀਕਿਆਂ ਨਾਲ ਮਰਦਾ, ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਹੈ ਨਾ ਨੌਜਵਾਨ, ਉਹ ਹੁਣ ਟੀਕਿਆਂ ਨਾਲ ਮਰਨ, ਨਸ਼ਿਆਂ ਨਾਲ ਮਰਨ, ਸਰਕਾਰ ਇਹ ਚਾਹੁੰਦੀ ਹੈ ਬਸ। ਪੰਜਾਬ 'ਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ, ਕੁਝ ਹਲਕਿਆਂ 'ਚ ਕੀ ਕੋਈ ਹਲੇ ਡੇਟ ਨਹੀਂ ਆਈ ਜੀ ਉਹਦੀ, ਜਾਂ ਡੇਟ ਆਊਗੀ ਫਿਰ ਦੇਖਾਂਗੇ, ਜਦੋਂ ਡੇਟ ਆਊਗੀ ਫਿਰ ਦੇਖਾਂਗੇ, ਜਦੋਂ ਡੇਟ ਆਊਗੀ ਉਸ ਤੋਂ ਬਾਅਦ ਦੇਖਾਂਗੇ। ਠੀਕ ਠੀਕ ਹੈ।